ਬਹੁਤ ਹੀ ਪਿਆਰੀ ਵਿਦਿਆਰਥੀਓ ਪੰਜਾਬੀ ਸਟੱਡੀ ਪੌਂਟ 66 ਤੇ ਇੱਕ ਵਾਰ ਫੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਮਰਜੀਤ ਕੌਰ ਰਿਟਾਇਰਡ ਲੈਕਚਰ ਇੱਕ ਹੋਰ ਵੀਡੀਓ ਲੈ ਕੇ ਆਪਦੇ ਸਾਨੂੰ ਪੇਸ਼ਾਂ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵਧੀਆ ਵੀਡੀਓਜ਼ ਬਾਰੇ ਨਾਲੋਂ ਨਾਲ ਜਾਣਕਾਰੀ ਮਿਲਦੀ ਰਹੇ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਦੀ ਵੰਨਗੀ ਦੀ ਪਾਠ ਪੁਸਤਕ ਜਿਸ ਵਿੱਚ ਕਹਾਣੀਆਂ ਅਤੇ ਇਕਾਂਗੀਆਂ ਦਰਜ ਹੈਗੀਆਂ ਨੇ ਇਸ ਵਿੱਚੋਂ ਕਹਾਣੀ ਪੜ੍ਹਨੀ ਹੈ ਧਰਤੀ ਹੀਟਲਾ ਬਲਦ ਜਿਸ ਨੂੰ ਸ਼੍ਰੀ ਕੁਲਵੰਤ ਸਿੰਘ ਬਿਰਕਜੀ ਨੇ ਲਿਖਿਆ ਹੈ ਜਿਨ੍ਹਾਂ ਦਾ ਜਨਮ 1921 ਈਸਵੀ ਦੇ ਵਿੱਚ ਮਾਤਾ ਸ਼੍ਰੀਮਤੀ ਈਸ਼ਰ ਕੌਰ ਅਤੇ ਪਿਤਾ ਸ਼੍ਰੀ ਆਸਾ ਸਿੰਘ ਦੇ ਘਰ ਪਿੰਡ ਫੁੱਲਰਵਾਨ ਜ਼ਿਲ੍ਹਾ ਸ਼ੇਖੂਫੂਰਾ ਵਿੱਚ ਹੋਇਆ। ਆਪਨੇ ਐਫਸੀ ਕਾਲਜ ਲਾਹੌਰ ਤੋਂ ਬੀਏ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮਏ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ। ਆਪਨੇ ਕੁਝ ਸਮਾਂ ਫੌਜ ਵਿੱਚ ਲੈਫਟਿਨੈਂਟ ਵਜੋਂ ਵੀ ਕੰਮ ਕੀਤਾ। ਇਸ ਕੁਝ ਸਮਾਂ ਜਿਹੜਾ ਹੈ ਉਹ ਸ਼ਰਨਾਰਥੀ ਕੈਂਪਾਂ ਦੇ ਜਿਹੜਾ ਹੈਗਾ ਉਹ ਕਮਾਂਡਰ ਵੀ ਰਹੇ। ਇਸ ਪਿੱਛੋਂ ਆਪ ਪੰਜਾਬ ਸਰਕਾਰ ਦੇ ਮਾਸਿਕ ਰਸਾਲੇ ਜਾਗਰਤੀ ਦੇ ਸੰਪਾਦਕ ਵੀ ਰਹੇ। ਅਤੇ ਉਹ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਕਰਮਚਾਰੀ ਵੀ ਰਹੇ ਆਪਦਾ ਮੁੱਖ ਕੰਮ ਸਾਹਿਤਕਾਰੀ ਹੈ ਅਤੇ ਉਹਨਾਂ ਨੂੰ ਛੋਟੀਆਂ ਕਹਾਣੀਆਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਦੇਸ਼ ਦੀ ਵੰਡ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਨੇ ਦੁੱਧਾ ਛੱਪੜ ਤੂੜੀ ਦੀ ਪੰਡ ਨਵੇਂ ਲੋਕ ਗੋਲਾ ਆਕਾਸ਼ ਅਤੇ ਪਥਾਰ ਛਾਵੇਲਾ ਆਦ ਇਹਨਾਂ ਦੇ ਮੁੱਖ ਕਹਾਣੀ ਸੰਗ੍ਰਹਿ ਹੈਗੇ ਨੇ ਇਨਾਂ ਦੇ ਕਹਾਣੀ ਸੰਗ੍ਰਹਿ ਨਵੇਂ ਲੋਕ ਨੂੰ ਦਿੱਲੀ ਸਹਿਯਤ ਅਕਾਦਮੀ ਵੱਲੋਂ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਸ਼ਾ ਵਿਭਾਗ ਜਿਹੜਾ ਹੈ ਪਟਿਆਲਾ ਵੱਲੋਂ ਵੀ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਪ੍ਰਾਪਤ ਹੋਇਆ। ਹਥਲੀ ਕਹਾਣੀ ਤਰਤਰੀ ਹਥੇੜਲਾ ਬਲਦ ਇੱਕ ਅਜਿਹੀ ਕਹਾਣੀ ਹੈ ਜਿਸ ਵਿੱਚ ਕਰਮ ਸਿੰਘ ਦਾ ਦੋਸਤ ਮਾਨ ਸਿੰਘ ਉਸਦੇ ਪਿੰਡ ਠੱਠੀ ਖਾਰਾ ਵਿਖੇ ਆਉਂਦਾ ਹੈ ਦੋਨੋਂ ਜਿਹੜੇ ਹੈਗੇ ਨੇ ਕਰਮ ਸਿੰਘ ਅਤੇ ਮਾਨ ਸਿੰਘ ਫੌਜ ਦੇ ਵਿੱਚ ਇਕੱਠੇ ਹੀ ਨੌਕਰੀ ਕਰਦੇ ਨੇ ਤੇ ਉਹਨਾਂ ਦੀ ਬਹੁਤ ਡੂੰਗੀ ਦੋਸਤੀ ਹੁੰਦੀ ਹੈ ਲੇਖਕ ਦੇ ਕਹਿਣ ਅਨੁਸਾਰ ਕਿ ਜਿਹੜਾ ਹੈ ਫੌਜ ਵਿੱਚ ਬਹੁਤ ਵਧੀਆ ਯਾਰੀਆਂ ਲੱਗਦੀਆਂ ਨੇ ਕਿਉਂਕਿ ਜਿਹੜੇ ਲੋਕ ਹੁੰਦੇ ਨੇ ਉਹ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਨੇ ਅਤੇ ਉਹਨਾਂ ਨੂੰ ਇੱਕ ਦੂਸਰੇ ਦਾ ਬਹੁਤ ਸਹਾਰਾ ਹੁੰਦਾ ਹੈ। ਤਾਂ ਇਸ ਕਹਾਣੀ ਵਿੱਚ ਕਰਮ ਸਿੰਘ ਦੇ ਪਿਤਾ ਨੂੰ ਧਰਤੀ ਹੇਠਲਾ ਬਲਦ ਦੇ ਨਾਲ ਤੋਲਾਂ ਦਿੱਤੀ ਗਈ ਹੈ। ਮਿਥਿਆਸ ਅਨੁਸਾਰ ਧਰਤੀ ਜਿਹੜੀ ਹੈ ਇੱਕ ਬਲਦ ਦੇ ਸਿੰਘਾਂ ਦੇ ਉੱਤੇ ਖੜੇ ਟਿੱਕੀ ਹੋਈ ਹੈਗੀ ਹੈ ਅਤੇ ਬਲਦ ਉਸ ਦਾ ਸਾਰਾ ਭਾਰ ਆਪਣੇ ਸਿਰ ਤੇ ਚੁੱਕਦਾ ਹੈ। ਤੇ ਇਸ ਕਹਾਣੀ ਦੇ ਵਿੱਚ ਕਰਮ ਸਿੰਘ ਹੈ ਮਾਨ ਸਿੰਘ ਦੇ ਚੁੱਟੇ ਆਉਣ ਤੋਂ ਬਾਅਦ ਬਰਮਾ ਦੇ ਫਰੰਟ ਤੇ ਲੜਾਈ ਕਰਦਿਆਂ ਮਾਰਿਆ ਜਾਂਦਾ ਹੈ ਅਤੇ ਇਸ ਬਾਰੇ ਕਰਮ ਸਿੰਘ ਨੂੰ ਸੌਰੀ ਮਾਨ ਸਿੰਘ ਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਉਹ ਜਿਹੜਾ ਹੈ ਕਰਮ ਸਿੰਘ ਦੇ ਕਹਿਣ ਅਨੁਸਾਰ ਕਿ ਆਉਂਦਾ ਹੋਇਆ ਮੇਰੇ ਘਰ ਵੀ ਗੇੜਾ ਮਾਰਿਆ ਵੀ ਤਾਂ ਉਹ ਉਸਦੇ ਪਿੰਡ ਜਿਹੜਾ ਹੈ ਜਾ ਰਿਹਾ ਹੁੰਦਾ ਹੈ ਤਾਂ ਇਹ ਕਹਾਣੀ ਜਿਹੜੀ ਹੈ ਉਸ ਨਾਲ ਸੰਬੰਧਿਤ ਹੈਗੀ ਆ ਤੇ ਪਰਿਵਾਰ ਦੇ ਮੈਂਬਰ ਨੇ ਉਹ ਨਹੀਂ ਚਾਹੁੰਦੇ ਕਿ ਮਾਨ ਸਿੰਘ ਦੀ ਜਿਹੜੀ ਹੈ ਸ਼ੂਟਿੰਗ ਦਾ ਜਿਹੜਾ ਹੈ ਸਵਾਦ ਕਿਰਕਰਾ ਹੋਵੇ ਅਤੇ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹੈਗੇ ਨੇ ਕਿ ਕਰਮ ਸਿੰਘ ਦੀ ਸ਼ਹੀਦੀ ਦੀ ਖਬਰ ਉਸ ਨੂੰ ਨਾ ਮਿਲੇ ਅਤੇ ਉਹ ਚੁੱਪਚਾਪ ਉਸ ਦੀ ਖਾਤਰ ਤਾਰੀ ਕਰਦੇ ਨੇ ਅਖੀਰ ਦੇ ਵਿੱਚ ਜਦੋਂ ਡਾਕੀਆ ਆ ਕੇ ਕਰਮ ਸਿੰਘ ਦੀ ਪੈਨਸ਼ਨ ਦੀ ਗੱਲ ਕਰਦਾ ਹੈ ਤਾਂ ਸਾਰਾ ਜਿਹੜਾ ਹੈ ਖੇਡ ਜਿਹੜਾ ਹੈ ਮਾਨ ਸਿੰਘ ਦੇ ਸਾਹਮਣੇ ਆ ਜਾਂਦੀ ਹੈ ਤੇ ਫਿਰ ਉਹ ਜਿਹੜਾ ਹੈ ਕਰਮ ਸਿੰਘ ਦੇ ਪਿਤਾ ਨੂੰ ਧਰਤੀ ਹੇਠਲਾ ਬਲਦ ਮੰਨਦਾ ਹੈ ਜਿਹੜਾ ਆਪਣੇ ਮਨ ਤੇ ਇੱਕ ਵੱਡਾ-ਵੱਡਾ ਬੋਝ ਲੈ ਕੇ ਚੁੱਪ-ਚਾਪ ਉਸ ਦੀ ਸੇਵਾ ਕਰਦਾ ਰਿਹਾ ਹੈ ਹੁਣ ਅਸੀਂ ਮੂਲ ਕਹਾਣੀ ਦਾ ਜਿਹੜਾ ਹੈ ਪਾਠ ਵੀ ਪੜ੍ਹਨਾ ਹੈ ਤੇ ਇਸ ਤੋਂ ਪਹਿਲਾਂ ਇਹਦੇ ਪਾਤਰ ਜਿਹੜੇ ਹੈਗੇ ਨੇ ਉਹ ਦੇਖਣੇ ਹੈਗੇ ਨੇ ਤਾਂ ਇਸ ਦਾ ਜਿਹੜਾ ਮੁੱਖ ਪਾਤਰ ਹੈ ਕਰਮ ਸਿੰਘ ਦਾ ਪਿਤਾ ਜੋ ਕਿ ਜਿਹੜਾ ਹੈ ਇੱਕ ਬਜ਼ੁਰਗ ਵਿਅਕਤੀ ਹੈਗਾ ਅਤੇ ਉਹ ਇਸ ਕਹਾਣੀ ਦੇ ਵਿੱਚ ਭਾਵੇਂ ਜਿਹੜਾ ਕਰਮ ਸਿੰਘ ਦਾ ਜਿਹੜਾ ਹੈ ਉਹਦਾ ਦੋਸਤ ਉਹਦੇ ਕੋਲ ਆਉਂਦਾ ਹੈ ਤਾਂ ਇਹਦਾ ਜਿਹੜਾ ਮੁੱਖ ਕੱਲ ਇਹਦੇ ਤੇ ਟਿੱਕੀ ਹੋਈ ਹੈਗੀ ਆ ਵੀ ਉਹ ਕਿੰਨਾ ਹੌਂਸਲੇ ਦਾ ਜਿਹੜਾ ਹੈ ਅ ਪ੍ਰਗਟਾਵਾ ਕਰਦਾ ਹੈ ਕਿ ਆਪਣੇ ਪੁੱਤਰ ਦੀ ਮੌਤ ਨੂੰ ਵੀ ਲਕੋ ਰਿਹਾ ਹੈ ਤਾਂ ਮਾਨ ਸਿੰਘ ਹੈ ਕਰਮ ਸਿੰਘ ਦਾ ਦੋਸਤ ਹੈ ਜਿਹੜਾ ਕਿ ਫੌਜ ਵਿੱਚ ਉਹਦੇ ਨਾਲ ਨੌਕਰੀ ਕਰਦਾ ਹੈ ਤੇ ਉਹ ਛੁੱਟੀ ਆਇਆ ਹੋਇਆ ਹੈ ਤੇ ਛੁੱਟੀ ਦੇ ਵਿੱਚ ਹੀ ਉਹ ਕਰਮ ਸਿੰਘ ਦੇ ਮਾਤਾ ਪਿਤਾ ਨੂੰ ਉਹਦੇ ਕਹਿਣ ਦੇ ਅਨੁਸਾਰ ਉਹ ਮਿਲਣ ਲਈ ਆਇਆ ਹੈਗਾ ਜਸਵੰਤ ਸਿੰਘ ਕਰਮ ਸਿੰਘ ਦਾ ਛੋਟਾ ਭਰਾ ਹੈ ਜਿਹੜਾ ਕਿ ਅ ਉਹ ਕੁਝ ਖੁਸ਼ ਤਬੀਅਤ ਹੈ ਖੈਰ ਉਮਰ ਦੀ ਵੀ ਜਿਹੜੀ ਹੈ ਅਸੀਂ ਕਹਿ ਸਕਦੇ ਹੈਗੇ ਆ ਤੇ ਉਹ ਜਿਹੜਾ ਹੈ ਭਾਵੇਂ ਉਹਨੂੰ ਵੀ ਕਰਮ ਸਿੰਘ ਦੀ ਬਹੁਤਾਂ ਦੁੱਖ ਹੈ ਫਿਰ ਵੀ ਉਹ ਕੋਸ਼ਿਸ਼ ਕਰ ਰਿਹਾ ਹੈ ਆਪਣੇ ਆਪ ਤੇ ਕੰਟਰੋਲ ਕਰਨ ਦੀ ਉਹ ਕੁਝ ਸਹਿਜ ਅਵਸਥਾ ਦੇ ਨਾਲ ਮਾਨ ਸਿੰਘ ਦੇ ਨਾਲ ਗੱਲਾਂ ਕਰਦਾ ਹੈ ਹੁਣ ਕਹਾਣੀ ਦਾ ਮੂਲ ਪਾਠ ਹੀ ਹੈਗਾ ਤਾਂ ਉਹ ਕਹਿੰਦਾ ਹੈ ਠੱਠੀ ਖਾਰਾ ਪਿੰਡ ਅੰਮ੍ਰਿਤਸਰ ਦੇ ਨੇੜੇ ਹੀ ਸੀ ਪੱਕੀ ਸੜਕ ਤੇ ਤੇ ਜਿਸ ਮੌਜ ਵਿੱਚ ਮਾਨ ਸਿੰਘ ਜਾ ਰਿਹਾ ਸੀ ਤੇ ਉਹਨੂੰ ਲੱਗਦਾ ਸੀ ਕੋਈ ਫਿਕਰ ਹੀ ਨਹੀਂ ਸੀ ਜੇ ਲੇਟ ਹੋਈ ਝ ਹੋ ਜਾਵੇਗਾ ਤੇ ਪਾਵੇਂ ਕੇ ਜਿਹੜਾ ਹੈ टांगे ਦੇ ਥੱਕੇ ਹੋਏ ਘੋੜੇ ਦੀ ਟਾਪ ਵੀ ਮੱਠੀ ਹੋ ਰਹੀ ਸੀ ਪਰ ਉਸ ਨੂੰ ਕੋਈ ਚਿੰਤਾ ਨਹੀਂ ਸੀ ਮਾਨ ਮਾਨ ਸਿੰਘ ਛੁੱਟੀ ਤੇ ਆਇਆ ਹੋਇਆ ਸੀ ਠੱਠੇ ਖਾਰਾ ਉਸ ਦੇ ਯਾਰ ਕਰਮ ਸਿੰਘ ਦਾ ਪਿੰਡ ਸੀ ਜਿੰਨੀਆਂ ਗੂੜੀਆਂ ਯਾਰੀਆਂ ਫੌਜ ਵਿੱਚ ਲੱਗਦੀਆਂ ਨੇ ਓਨੀਆਂ ਹੋਰ ਕਿਤੇ ਨਹੀਂ ਲੱਗਦੀਆਂ ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈ residenital center ਵਿੱਚ ਇਕੱਠੇ ਰਹੇ ਸਨ ਤੇ ਹੁਣ ਇੱਕੋ ਬਟਾਲੀਅਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ ਕਾਰਮ ਸਿੰਘ ਪਹਿਲਾਂ ਦਾ ਭਾਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ ਪਰ ਮਾਨ ਸਿੰਘ ਮਸਾ ਨਾਇਕੀ ਤੱਕ ਅਪੜਿਆ ਸੀ ਭਾਵੇਂ ਜਦੋਂ ਉਹਨਾਂ ਦੀ ਭਾਰਤੀ ਹੋਈ ਸੀ ਪਹਿਲਾਂ ਤਾਂ ਜਦੋਂ ਉਹਨਾਂ ਦੀ ਟ੍ਰੇਨਿੰਗ ਸੀਗੀ ਉਦੋਂ ਵੀ ਇਕੱਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਫੌਜ ਦੇ ਵਿੱਚ ਜਿੱਥੇ ਹੁਣ ਉਹ ਨੌਕਰੀ ਕਰ ਰਹੇ ਸਨ ਉੱਥੇ ਵੀ ਇਕੱਠੇ ਹੀ ਸਨ ਕਾਰਮ ਸਿੰਘ ਬਾਰੇ ਜਿਹੜੀਆਂ ਕੁਝ ਖਾਸ ਗੱਲਾਂ ਲੇਖਕ ਦੱਸਦਾ ਹੈ ਕੀ ਖਾਸ ਗੱਲ ਇਹ ਸੀ ਕਿ ਉਸਦੇ ਜੀਵ ਵਿੱਚ ਬੜਾ ਰਸ ਸੀ ਭਾਵੇਂ ਉਹਦੇ ਸੁਭਾਅ ਦੇ ਗੁਣ ਨੇ ਤੇ ਪਿੰਡ ਦੇ ਕਈ ਮੁੰਡੇ ਹੋਰ ਕਈ ਮੁੰਡੇ ਵੀ ਫੌਜ ਵਿੱਚ ਸੀ ਸਨ ਪਰ ਉਹ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਦੇ ਨਾਲ ਉਹਨਾਂ ਦੀ ਗੱਲ ਸਿਰਫ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਤੱਕ ਹੀ ਸੀਮਤ ਹੁੰਦੀ ਸੀ ਪਰ ਕਾਰਮ ਸਿੰਘ ਜਦੋਂ ਪਿੰਡ ਆਉਂਦਾ ਸੀ ਤਾਂ ਪਿੰਡ ਦੇ ਵਿੱਚ ਰੌਣਕ ਲੱਗ ਜਾਂਦੀ ਸੀ ਉਹਦੇ ਉੱਤੇ ਲੋਕ ਨਾਉਂਦੇ ਸਨ ਨਾਉਣ ਲਈ ਆਉਂਦੇ ਸਨ ਤਾਂ ਉੱਥੇ ਵੀ ਜਿਹੜਾ ਹੈ ਉਹ ਕਰਮ ਸਿੰਘ ਦੀਆਂ ਗੱਲਾਂ ਕਰਦੇ ਘੰਟਿਆਂ ਬੰਦੀ ਖੜੇ ਰਹਿੰਦੇ ਤੇ ਰਾਤ देर तक ਉਹ ਪਠੀ ਦੇ ਅੱਗ ਦੀ ਜਿਹੜੀ ਸੇਕ ਨੂੰ ਸੇਕਦੇ ਰਹਿੰਦੇ ਅਤੇ ਬੈਠ ਕੇ ਕਰਮ ਸਿੰਘ ਦੀਆਂ ਗੱਲਾਂ ਕਰਦੇ ਰਹਿੰਦੇ ਤਾਂ ਪਿਛਲੀ ਰਾਜੀਮੈਂਟ ਉਸ ਦੀ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਸੀ ਨਿਸ਼ਾਨ ਮਾਰਨ ਦੇ ਮੁਕਾਬਲੇ ਵਿੱਚ ਉਸ ਦੀ ਗੋਲੀ ਨਿਸ਼ਾਨੇ ਦੇ ਵਿੱਚ ਘਾਰੋਂ ਇਸ ਤਰ੍ਹਾਂ ਲੱਗਦੀ ਸੀ ਲੰਘਦੀ ਸੀ ਜਿਵੇਂ ਹੱਥ ਨਾਲ ਫੜ ਕੇ ਲੰਗਾਈ ਹੋਵੇ ਹੁਣ ਲੜਾਈ ਵਿੱਚ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੇ ਹੋਏ ਦਰਖਤਾਂ ਦੇ ਟਾਣ ਵਿੱਚ ਦਿਸਦੇ ਜਾਪਾਨੀ ਡੇਗੇ ਹੋਏ ਸਨ ਹੁਣ ਇਹਦਾ ਕੀ ਭਾਵ ਹੈ ਕਿ ਜਾਪਾਨੀ ਲੋਕ ਜਿਹੜੇ ਫੌਜੀ ਸਨ ਉਹਨਾਂ ਨੂੰ ਜਿਹੜਾ ਹੈ ਵਰਦੀਆਂ ਪਾ ਆਪਾਂ ਦੇਖਦੇ ਵੈਸੇ ਵੀ ਫੌਜੀਆਂ ਦੀ ਵਰਦੀ ਜਿਹੜੀ ਹੁੰਦੀ ਹੈ ਉਹ ਗ੍ਰੀਨ ਕਲਰ ਦੀ ਹੁੰਦੀ ਆ ਤਾਂ ਕਿ ਉਹ ਦਰਖਤਾਂ ਦੇ ਵਿੱਚ ਲੁਕੇ ਹੋਏ ਦਰਖਤ ਹੀ ਲੱਗਣ ਪਤਾ ਨਾ ਲੱਗੇ ਵੀ ਉਹ ਕਿੱਥੇ ਹੈਗੇ ਨੇ ਪਰ ਕਹਿੰਦਾ ਉਹਦੀ ਗੋਲੀ ਇੰਨੀ ਜਿਹੜੀ ਹੈ ਨਿਸ਼ਾਨੇ 'ਤੇ ਟੱਕੜੀ ਸੀ ਉਹ ਜਾਪਾਨੀਆਂ ਨੂੰ ਉਹ ਇੱਕੋ ਨਿਸ਼ਾਨੇ ਦੇ ਵਿੱਚ ਥੱਲੇ ਡੇਗ ਲੈਂਦਾ ਸੀ ਇਸ ਤਰ੍ਹਾਂ ਜਾਪਾਨੀ ਨਿਸ਼ਾਨਚੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਆਪਣੇ ਆਦਮੀਆਂ ਦੇ ਬਦਲੇ ਚਕਾਉਂਦਾ ਤੇ ਆਪਣੇ ਪਲਟਨ ਦਾ ਦਿਲ ਠੰਡਾ ਕਰਦਾ ਤੇ ਇਹਦੇ ਨਾਲ ਕੀ ਹੁੰਦਾ ਵੀ ਜਦੋਂ ਭਾਰਤੀ ਲੋਕ ਦੇਖਦੇ ਵੀ ਜਾਪਾਨੀ ਨੂੰ ਮਾਰ ਰਿਹਾ ਤਾਂ ਉਹਨਾਂ ਦੇ ਮਨ ਦੇ ਵਿੱਚ ਬਦਲੀ ਜਿਹੜੀ ਜੋ ਜਿਵੇਂ ਕਹਿੰਦੇ ਅਸੀਂ ਵੀ ਉਹ ਜਿਹੜਾ ਹੈ ਬਦਲਾ ਚਕਾਰਿਆ ਸੀਗਾ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਸੀ ਤਾਂ ਜਿੱਥੇ ਜਿਹੜਾ ਮਸ਼ੀਨ ਕਰਨਾਂ ਦੀਆਂ ਗੋਲੀਆਂ ਆਉਂਦੀਆਂ ਬਾਛਣਾ ਕੰਮ ਨਹੀਂ ਸੰ ਕਰਦੀਆਂ ਉੱਥੇ ਕਰਮ ਸਿੰਘ ਦੀ ਇੱਕੋ ਗੋਲੀ ਕੰਮ ਕਰ ਜਾਂਦੀ ਸੀ ਤੇ ਹੁਣ ਕਰਮ ਸਿੰਘ ਦੇ ਹੱਡ ਭਾਵੇਂ ਪੁਰਾਣੇ ਹੋ ਰਹਸਮਾ ਹੋਰ ਬਾਧ ਰਹੀ ਸੀ ਪਰ ਉਹ ਕਹਿੰਦਾ ਜਦੋਂ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਵੇਖਣ ਵਾਲੇ ਨੂੰ ਓਹ ਲੱਗਦਾ ਜਿਵੇਂ ਕੋਈ ਭੂਤ ਚੰਬੜ ਗਿਆ ਹੋਵੇ ਹੁਣ ਜਿਮਨਾਸਟਿਕ ਕਰਦਾ ਸੀ ਉਹਦੇ ਸੀੜ ਵਿੱਚ ਬੜੀ ਹੀ ਲਚਕ ਸੀਗੀ ਆ ਇੱਥੇ ਲੜਾਈ ਵਿੱਚ ਤੇ ਖੈਰ ਸਭ ਕੁਝ ਬੰਦ ਸੀ ਹੁਣ ਲੜਾਈ ਸੀਗੀ ਬਰਮਾ ਦੇ ਫਰੰਟ ਤੇ ਲੜਾਈ ਹੋ ਰਹੀ ਸੀ ਇਹ ਉਸ ਸਮੇਂ ਦਾ ਜ਼ਿਕਰ ਹੈਗਾ ਵੀ ਉੱਥੇ ਤਾਂ ਜਿਹੜਾ ਹੈ ਉਹ ਫੌਜੀਆ ਵਾਂ ਕਸਰਤਾਂ ਵੀ ਨਹੀਂ ਸੀ ਕਰਦੇ ਪਰੇਡ ਵੀ ਨਹੀਂ ਸੀ ਕਰਦੇ ਤਾਂ ਸਿਰਫ ਲੜਾਈ ਹੀ ਲੜਾਈ ਸੀਗੀ ਤੇ ਦੂਰ ਦੂਰ ਤੱਕ ਕੋਈ ਬੰਦਾ ਨਹੀਂ ਸੀ ਤੇ ਇੱਥੇ ਕੋਈ ਬਾਜ਼ਾਰ ਨਹੀਂ ਸੀ ਜਿੱਥੇ ਕੋ ਮੁਫਤੀ ਪਾ ਕੇ ਕੋਈ ਜਾ ਸਕੇ ਹੁਣ ਮੁਫਤੀ ਦਾ ਭਾਵ ਕੀ ਹੈ ਸਿੰਪਲ ਸਿਵਲ ਡ्रेस ਤਾਂ ਕੋਈ ਖਤੇ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਸੀ ਜਿਸ ਦਾ ਇਸੇ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਉਹ ਬੜਾ ਹੀ ਨਿਰਾਸ਼ ਹੋਇਆ ਉਹਨੂੰ ਲੱਗਦਾ ਸੀ ਵੀ ਜੇਕਰ ਅਸੀਂ ਦੋਨੋਂ ਦੋਸਤ ਇਕੱਠੇ ਛੁੱਟੀ ਕੱਟਣ ਜਾਂਦੇ ਤਾਂ ਇਕੱਠੇ ਹੀ ਜਿਹੜਾ ਹੈ ਕੁਝ ਛੁੱਟੀਆਂ ਦਾ ਆਨੰਦ ਮਾਣਦੇ ਤੇ ਇਕੱਠੇ ਹੀ ਵਾਪਸ ਆ ਜਾਂਦੇ ਤੇ ਅਮਰਤਸਰ ਤੋਂ ਚੂੜਕਾਣਾ ਕਿਹੜਾ ਬਹੁਤਾ ਦੂਰ ਸੀ ਕਹਿੰਦਾ ਉਹਨਾਂ ਦੋਹਾਂ ਦੇ ਪਿੰਡਾਂ ਦੇ ਵਿਚਕਾਰਲੀ ਜਿਹੜੀ ਬੇਤ ਸੀ ਕਿੰਨੇ ਸੀ 50 ਕੁ ਕੋਹ ਦੀ ਬੇਤ ਸੀਗੀ ਪਰ ਜਿਹੜਾ ਹੈ ਕਰਮ ਸਿੰਘ ਦਾ ਪਿੰਡ ਸੀ ਜਿਹੜਾ ਠੱਠੀ ਖਾਰਾ ਸੀ ਉਸ ਨੂੰ ਮਾਜਾ ਕਹਿੰਦੇ ਸੀ ਅਤੇ ਮਾਨ ਸਿੰਘ ਦਾ ਪਿੰਡ ਸੀ ਜਿਹੜਾ ਹੈ ਚੂੜਖਾਨਾ ਉਸ ਨੂੰ ਬਾੜ ਕਹਿੰਦੇ ਸੀ ਅਤੇ ਇਸ ਤਰ੍ਹਾਂ ਜਿਹੜਾ ਹੈ ਪਰ ਕਹਿੰਦਾ ਛੁੱਟੀ ਆਪਣੇ ਵਸ ਦੀ ਗੱਲ ਨਹੀਂ ਸੀ ਤੇ ਇਹ ਕਦੇ-ਕਦੇ ਭਗਾਂ ਨਾਲ ਹੀ ਮਿਲਦੀ ਸੀ ਜਿਵੇਂ ਫੌਜ ਦੇ ਵਿੱਚ ਤਾਗਮੇ ਵੀ ਪਾਗਾਂ ਨਾਲ ਹੀ ਮਿਲਦੇ ਸਨ ਤੇ ਜਦੋਂ ਮਾਨ ਸਿੰਘ ਜਿਹੜਾ ਹੈ ਪਿੰਡ ਛੁੱਟੀ ਆਉਣ ਲਈ ਟਰੱਕ ਵਿੱਚ ਬੈਠਿਆ ਤਾਂ ਕਰਮ ਸਿੰਘ ਨੇ ਉਸ ਨੂੰ ਹਦਾਇਤ ਕੀਤੀ ਕਿ ਜਦੋਂ ਛੁੱਟੀ ਥੋੜੇ ਦਿਨ ਰਹਿ ਜਾਵੇ ਤਾਂ ਮੇਰੇ ਪਿੰਡ ਵੀ ਜਾਂਦਾ ਆਈ ਜਦੋਂ ਮੇਰੇ ਮਾਤਾ ਪਿਤਾ ਤੇਰੇ ਨਾਲ ਗੱਲਾਂ ਕਰਨਗੇ ਉਹਨਾਂ ਨੂੰ ਲੱਗੂਗਾ ਕਿ ਉਹ ਆਪਣੇ ਪੁੱਤਰ ਕਰਮ ਸਿੰਘ ਨੂੰ ਮਿਲ ਰਹੇ ਨੇ ਜਦੋਂ ਤੋਂ ਛੁੱਟੀ ਤਾਂ ਵਾਪਸ ਆਵੇਂਗਾ ਤੇ ਮੈਂ ਤੇਰੇ ਨਾਲ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਕਰਾਂਗਾ ਕਰਾਂਗਾ ਤਾਂ ਫਿਰ ਮੇਰਾ ਵੀ ਆਪਣੇ ਮਾਤਾ ਪਿਤਾ ਦੇ ਨਾਲ ਇਸ ਤਰ੍ਹਾਂ ਮੇਲ ਹੋ ਜਾਵੇਗਾ ਤਾਂ ਉਸਨੇ ਫਿਰ ਜਿਹੜਾ ਹੈ ਕਾਰਮ ਸਿੰਘ ਉਸ ਨੂੰ ਆਪਣੇ ਇਲਾਕੇ ਦੇ ਬਾਰੇ ਵੀ ਦੱਸਣ ਲੱਗਿਆ ਕਿ ਜਿਹੜਾ ਹੈ ਉਧਰਲੇ ਗੁਰਦੁਆਰੇ ਬੜੇ ਨੇ ਤਾਰਨ ਤਾਰਨ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਸਾਰੀ ਥਾਈ ਮੱਥਾ ਟੇਕਿਆਈ ਤੇ ਦੇ ਨਾਲੇ ਸਾਡੇ ਘਰੋਂ ਆ ਹੋਆ ਵੀ ਮੈਂ ਉਹਨਾਂ ਨੂੰ ਚਿੱਠੀ ਲਿਖ ਦੇਵਾਂਗਾ ਤੇ ਇਸ ਕਰਕੇ ਮਾਨ ਸਿੰਘ ਆਪਣੀਆਂ ਛੁੱਟੀਆਂ ਮੁੱਕਣ ਦੇ ਨੇੜੇ ਟੰਗੇ ਤੇ ਬੈਠ ਕੇ ਜਿਹੜਾ ਹੈ ਕਰਮ ਸਿੰਘ ਦੇ ਪਿੰਡ ਠੱਠੀ ਖਾਰੇ ਜਾ ਰਿਹਾ ਸੀ ਅਤੇ ਫਿਰ ਉਹ ਉਹਦੇ ਘਰ ਪਹੁੰਚਦਾ ਹੈ ਕਰਮ ਸਿੰਘ ਦੇ ਅਤੇ ਉਸਦੇ ਪਿਤਾ ਨੂੰ ਸਾਸ਼ਕ ਬੁਲਾਉਂਦਾ ਹੈ ਕਿ ਬਾਪੂ ਜੀ ਮੈਂ ਚੋੜਖਾਣੇ ਆਇਆ ਹਾਂ ਤੇ ਕਰਮ ਸਿੰਘ ਦਾ ਦੋਸਤ ਹਾਂ ਤਾਂ ਆਓ ਜੀ ਜੀ ਆਹ ਨੂੰ ਬੈਠ ਜਾਓ ਮਾਨ ਸਿੰਘ ਨੇ ਅੰਦਰ ਲੰਘ ਕੇ ਜਿਹੜਾ ਹੈ ਮੰਜੇ ਤੇ ਬੈਠ ਗਿਆ ਤੇ ਉਸਦੇ ਆਉਣ ਤੇ ਬਾਬਾ ਕੁਛ ਨਹੀਂ ਸੁਗੋ ਔਖਾ ਜਿਹਾ ਲੱਗਦਾ ਸੀ ਪਹਿਲਾਂ ਤਾਂ ਉਹ ਇੱਧਰ ਉੱਧਰ ਵੇਖ ਰਿਹਾ ਸੀ ਪਰ ਉਸਨੇ ਚੁੱਪਚਾਪ ਨੀਵੀਂ ਪਾ ਲਈ ਮਾਨ ਸਿੰਘ ਬੜੇ ਕਾਲੇ ਸਵਾਦਾ ਸੀ ਅਤੇ ਉਸ ਨੂੰ ਬੜੀ ਹੈਰਾਨੀ ਹੋਈ ਵੀ ਉਸ ਦੀ ਆਉ ਭਗਤ ਕਿਵੇਂ ਉਪਰਿਆ ਵੰਗ ਕੀਤੀ ਜਾ ਰਹੀ ਸੀ ਜਿਵੇਂ ਕੋਈ ਹੋਪਰਾ ਆਦਮੀ ਹੋਵੇ ਤੇ ਫਿਰ ਉਸਨੇ ਆਪਣੀ ਝਿਜਕ ਦੂਰ ਕਰਨ ਲਈ ਪੁੱਛਿਆ ਤੁਸੀਂ ਕਰਮ ਸਿੰਘ ਦੇ ਬਾਪੂ ਜੀ ਹੋ ਨਾ ਤਾਂ ਉਸਨੇ ਕਿਹਾ ਆਹੋ ਇਹ ਉਹਦਾ ਹੀ ਕਰ ਹੈ ਉਸਨੇ ਤ ਮੈਨ ਤੁਹਾਨੂੰ ਮੇਰੇ ਬਾਰੇ ਕੋਈ ਚਿੱਠੀ ਨਹੀਂ ਲਿਖੀ ਹਾਂ ਉਸ ਲਿਖਿਆ ਸੀ ਕਿ ਤੁਸੀਂ ਆਓਗੇ ਸਾਡੇ ਕੋਲ ਤੇ ਬੁੱਢਾ ਉੱਠ ਕੇ ਬਿੜੇ ਵਿੱਚ ਫਿਰਨ ਲੱਗ ਪਿਆ ਇੱਕ ਕੁੱਟੀ ਨੂੰ ਉਸਨੇ ਖੋਲ ਕੇ ਦੂਸਰੇ ਕਿੱਲੇ ਤੇ ਵੱਦਾ ਤੇ ਫਿਰ ਉਸਦੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸ ਨੂੰ ਆਪਣਾ ਹੱਥ ਛੱਟਣ ਲਈ ਦੇ ਦਿੱਤਾ ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦੱਸਿਆ ਅਤੇ ਚਾਹ ਬਣਾਉਣ ਲਈ ਆਖਿਆ ਤੇ ਇਸ ਤਰ੍ਹਾਂ ਮੁੜ ਕੇ ਉਹ ਜਿਵੇਂ ਡਿਊਟੀ ਵਿੱਚ ਆਉਣ ਤੋਂ ਡਰਦਾ ਹੈ ਭਾਵ ਉਹ ਇੱਧਰ ਉੱਧਰ ਜਿਹੜਾ ਹੈ ਘੇੜੇ ਕੱਢਦਾ ਹੈ ਤੇ ਫਿਰ ਵਿੜੇ ਵਿੱਚ ਬੱਦੀ ਘੋੜੀ ਕੋਲ ਖਲੋ ਜਾਂਦਾ ਹੈ ਤੇ ਉਸ ਦੇ ਅੱਗੇ ਪਈ ਤੂੜੀ ਨੂੰ ਹੁਲਾਉਂਦਾ ਹੈ ਹੋਰ ਛੋਲੇ ਲੈ ਕੇ ਉਸੇ ਚਾਹੁੰਦਾ ਹੈ ਪਾਪ ਕਹਿਣ ਦਾ ਪਾਪ ਉਹ ਬੇਕਾਰ ਕੰਮ ਕਰਦਾ ਹੈ ਤੇ ਵੱਧ ਤੋਂ ਵੱਧ ਸਮਾਂ ਉਹ ਮਾਨ ਸਿੰਘ ਤੋਂ ਪਰੇ ਰਹਿ ਕੇ ਬਤਾਉਣਾ ਚਾਹੁੰਦਾ ਹੈਗਾ ਜਸਵੰਤ ਸਿੰਘ ਕਿੱਥੇ ਹੈ ਮਾਨ ਸਿੰਘ ਨੇ ਅਖੀਰ ਨੂੰ ਜਿਹੜਾ ਹੈ ਪੁੱਛਿਆ ਤਾਂ ਕਿ ਉਹ ਗੱਲਬਾਤ ਅੱਗੇ ਤੋਰ ਸਕੇ ਹੁਣੇ ਆ ਜਾਂਦਾ ਹੈ ਚਰੀ ਦੀ ਗੱਡ ਲੈ ਕੇ ਇਹਨੇ ਨੂੰ ਕਾਰਮ ਸਿੰਘ ਦੀ ਬੇਬੇ ਚਾਹ ਲੈ ਕੇ ਆ ਗਈ ਬੇਬੇ ਜੀ ਸਤਸ਼ੇਕਲ ਮਾਨ ਸਿੰਘ ਨੇ ਖੁਸ਼ੀ-ਖੁਸ਼ੀ ਉਸ ਨੂੰ ਸਤਸ਼ੇਕਲ ਬੁਲਾਈ ਬੁੱਢੀ ਦੇ ਹੂਠ ਕੁਝ ਕਹਿਣ ਲਈ ਫੜ ਕੇ ਪਰ ਉਹ ਕੁਝ ਕਹਿ ਨਾ ਸકી ਮਾਨ ਸਿੰਘ ਨੇ ਚਾਹ ਵਾਲੀ ਗੜਵੀ ਤੇ ਕੋਲੀ ਬੇਬੇ ਹੱਥੋਂ ਫੜ ਲਈ ਅਤੇ ਵਾਪਸ ਉਹ ਵਾਪਸ ਚਲੀ ਗਈ ਇਹ ਮਜਾਇਲ ਕਿਸ ਤਰ੍ਹਾਂ ਦੇ ਆਦਮੀ ਨੇ ਮਾਨ ਸਿੰਘ ਉਹਨਾਂ ਦੇ ਵਤੀਰੇ ਤੋਂ ਹੈਰਾਨ ਹੋ ਕੇ ਸੋਚ ਰਿਹਾ ਸੀ ਅਖੀਰ ਉਹ ਤੰਗ ਜਿਹਾ ਹੋ ਕੇ ਸੋਚਣ ਲੱਗਿਆ ਚੱਲ ਕੋਈ ਗੱਲ ਨਹੀਂ ਇੱਕ ਰਾਤ ਰਹਿ ਕੇ ਵਾਪਸ ਹੋ ਜਾ ਚੱਲੇ ਜਾਵਾਂਗਾ ਤੇ ਰਾਤ ਨੂੰ ਜਦੋਂ ਜਸਵੰਤ ਘਰ ਆਇਆ ਤਾਂ ਇਸ ਰੌਣਕ ਵਿੱਚ ਕੁਝ ਗੱਲਾਂ ਬਾਤਾਂ ਹੋਣ ਲੱਗ ਪਈਆਂ ਬਸ ਬੜੇ ਮਸ਼ਹੂਰ ਹੋਏ ਹੈ ਕਰਮ ਸਿੰਘ ਦੀ ਗੋਲੀ ਉੱਥੇ ਬਰਮਾ ਦੀ ਲੜਾਈ ਵਿੱਚ ਬਸ ਉਸ ਦੇ ਘੋੜਾ ਦਬਾਉਣ ਦੀ ਧੇਰ ਹੁੰਦੀ ਹੈ ਕਿ ਉਸ ਦੇ ਅੱਖ ਤੇ ਫੋਰ ਵਿੱਚ ਜਿਹੜਾ ਹੈ ਇੱਕ ਜਾਪਾਨੀ ਹੀਟਾ ਲੇਟ ਜਾਂਦਾ ਹੈ ਸਾਨੂੰ ਨਾਲ ਟੁਰਿਆਂ ਪਤਾ ਹੀ ਨਹੀਂ ਲੱਗਦਾ ਉਸ ਲੱਬ ਕਿੱਥੋਂ ਲਿਆ ਮਾਨ ਸਿੰਘ ਇੱਥੇ ਰੁਕ ਗਿਆ ਉਸ ਨੂੰ ਉਮੀਦ ਸੀ ਕਿ ਸਾਰੇ ਬਰਮਾ ਦੀ ਲੜਾਈ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ ਜਿਹੜਾ ਹੈ ਕੁਝ ਚਿਰ ਇਸੇ ਤਰ੍ਹਾਂ ਚੁੱਪ ਰਹੀ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਆਪਣੀ ਮਬਾਰਕਾਦੋਂ ਹੈ ਪਾਣੀ ਦੀ ਪਾਸੋਂ 3 ਵਜੇ ਸਵੇਰੇ ਲੱਗਣੀ ਹੈ 3 ਵਜੇ ਸਵੇਰੇ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫੇਰ ਗੱਲ ਛੇੜ ਲਈ ਉਹ ਆਪਣੇ ਯਾਰ ਦੀਆਂ ਗੱਲਾਂ ਰੱਜ ਕੇ ਕਰਨੀਆਂ ਚਾਹੁੰਦਾ ਸੀ ਹੋਰ ਗੱਲ ਤੇ ਗੱਲ ਕਰਮ ਸਿੰਘ ਪਹਿਰਾ ਤੋਂ ਉੱਠਣ ਤੋਂ ਤਾਂ ਬਚ ਗਿਆ ਔਰ ਜਿਸ ਸਵੇਰੇ ਉੱਠਣ ਦਾ ਬੜਾ ਆਲਸ ਹੈ ਉਹਨੂੰ ਸਾਰਿਆਂ ਤੋਂ ਪਿੱਛੇ ਉੱਠਦਾ ਹੈ ਉਸ ਦਿਨ ਇਸ ਦੇ ਨਾਲ ਵੀ ਕਿਸੇ ਦੇ ਮਨ ਦੇ ਵਿੱਚ ਕੋਈ ਉਸ ਗੱਲ ਸੁਣਨ ਦਾ ਉਤਸ਼ਾਹ ਨਾ ਜਾਗ ਗਿਆ ਫਿਰ ਰੋਟੀ ਆ ਗਈ ਉਹਨਾਂ ਨੇ ਕਾਫੀ ਉਚੇਸ਼ ਦੇ ਨਾਲ ਉਹਨਾਂ ਦੇ ਉਹਦੇ ਲਈ ਜਿਹੜਾ ਖਾਣਾ ਤਿਆਰ ਕੀਤਾ ਹੋਇਆ ਸੀ ਨਾਲ ਨਾਲ ਜਸਵੰਤ ਸਿੰਘ ਉਸ ਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ ਇਹ ਖਿਆਲ ਕਿ ਉਹ ਉਸ ਦਾ ਧਿਆਨ ਨਹੀਂ ਰੱਖ ਸਕੇ ਉਸ ਦੇ ਮਨੋਂ ਨਿਕਲ ਗਿਆ ਰੋਟੀ ਖਾਂਦਿਆਂ ਖਾਂਦੇ ਆ ਕਰਮ ਸਿੰਘ ਦਾ ਨਿੱਕਾ ਜਿਹਾ ਪੁੱਤਰ ਤੁਰਦਾ ਹੋਇਆ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ ਉਹ ਜੇ ਹੁਣ ਕਰਮ ਸਿੰਘ ਨੇ ਜਿਹੜਾ ਹੈ ਮਾਨ ਸਿੰਘ ਨੇ ਸੋਚਿਆ ਜੇ ਉਹ ਕਰਮ ਸਿੰਘ ਦੀ ਗੱਲ ਕਿਸੇ ਹੋਰ ਨਾਲ ਨਹੀਂ ਸੀ ਕਰ ਸਕਦਾ ਤਾਂ ਇਸ ਬੱਚੇ ਨਾਲ ਤਾਂ ਕਰ ਸਕਦਾ ਸੀ ਤਾਂ ਉਸ ਨੇ ਉਸ ਨੂੰ ਕੁਛੜ ਚੁੱਕ ਲਿਆ ਅਤੇ ਕਿਹਾ ਓਏ ਆਪਣੇ ਬਾਪੂ ਕੋਲ ਚੱਲਣਾ ਹੀ ਜਾਣਾ ਤਾਂ ਚੱਲ ਮੇਰੇ ਨਾਲ ਬੜਾ ਮੀ ਪੈਂਦਾ ਉੱਥੇ ਪਾਣੀ ਵਿੱਚ ਤੁਰਿਆ ਫਿਰਾ ਕਰੀ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁਗੀ ਆ ਫੜ ਲੈ ਮੁੰਡੇ ਨੂੰ ਉੱਧਰ ਰੱਖ ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ ਬਾਪੂ ਨੇ ਜਰਾ ਤੇਜ਼ ਹੋ ਕੇ ਕਿਹਾ ਤੇ ਬੀਬੇ ਆ ਕੇ ਮੁੰਡੇ ਨੂੰ ਚੁੱਕ ਕੇ ਲੈ ਗਈ ਹੁਣ ਤਾਂ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਵੀ ਲੈਣ ਔਖਾ ਹੋ ਗਿਆ ਇੱਧਰ ਦਾ ਪੈਂਡਾ ਮੁਕਾ ਕੇ ਉਸ ਦਾ ਛਿੱਤ ਛੇਤੀ ਘਰੇ ਮੋੜਨ ਨੂੰ ਜੀ ਕੀਤਾ ਤੇ ਉਸ ਨੇ ਆਪਣੇ ਅਗਲੇ ਅਗਲੇ ਦਿਨ ਬਾਰੇ ਪੁੱਛਿ ਗਿੱਚ ਆਰੰਭ ਕੀਤੇ ਇੱਥੋਂ ਤਰਨ ਤਰਨ ਕਿੱਡਾ ਕਿੰਨਾ ਕੁ ਦੂਰ ਹੈ ਚਾਰ ਕੋ ਪੈਂਦਾ ਏ ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ ਟਾਂਗੇ ਟੁੰਗਿਆਂ ਦਾ ਕੋਈ ਫਿਕਰ ਨਾ ਕਰ ਜਸਵੰਤ ਨੂੰ ਤੇਰੇ ਨਾਲ ਘੱਲਾਂਗੇ ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਤੇ ਮਾਨ ਸਿੰਘ ਜਿਹੜਾ ਹੈ ਉਸ ਵੇਰੇ ਜਿਹੜਾ ਹੈ ਇਸ ਇਸ ਦੇ ਅਕੋਰਡਿੰਗਲੀ ਉਹ ਜਸਵੰਤ ਸਿੰਘ ਦੇ ਨਾਲ ਜਿਹੜਾ ਹੈ ਤਰਨਤਾਰ ਮੱਥਾ ਟੇਕਣ ਜਾਂਦਾ ਹੈ ਜਿਹੜੇ ਵੀ ਜਾਣੋ ਬੰਦੇ ਉਹਨਾਂ ਨੂੰ ਰਾਹ ਵਿੱਚ ਮਿਲਦੇ ਤਾਂ ਜਸਵੰਤ ਉਹਨਾਂ ਨੂੰ ਦੂਰੋਂ ਹੀ ਫਤਿਹ ਬਲਾ ਕੇ ਆਗਾਮਤੁਰ ਪਹੁੰਚਦਾ ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਆਪ ਖਲੋ ਕੇ ਲੋਕਾਂ ਨਾਲ ਕਰਮ ਸਿੰਘ ਦੀਆਂ ਗੱਲਾਂ ਕਰੇ ਉਹਨੇ ਕਿਹੜਾ ਇੱਥੇ ਰੋਜ਼-ਰੋਜ਼ ਆਉਣਾ ਸੀ ਕਰਮ ਸਿੰਘ ਨੇ ਬੜਾ ਜੱਸ ਖੱਟਿਆ ਫੌਜ ਵਿੱਚ ਤੂੰ ਕਿਉਂ ਨਾ ਫੌਜ ਵਿੱਚ ਗਿਆ ਮਾਨ ਸਿੰਘ ਨੇ ਫਿਰ ਕਰਮ ਸਿੰਘ ਨੂੰ ਅੱਗੇ ਲੈ ਆਂਦਾ ਜਸਵੰਤ ਸਿੰਘ ਇੱਕਦਮ ਇਕੱਠਾ ਹੋ ਗਿਆ ਜਿਵੇਂ ਕੁਝ ਚੋਰੀ ਕਰਦਾ ਫੜਿਆ ਗਿਆ ਹੋਇਆ। ਕੁਝ ਸੰਭਲ ਕੇ ਉਸਨੇ ਕਿਹਾ ਇੱਕੋ ਥੋੜਾ ਹੈ ਫੌਜ ਵਿੱਚ। ਚਰੀਆਂ ਚ ਕੁਮਾਦ ਕਿ ਡਿੱਕ ਡਿੱਡੇ ਹੋ ਗਏ ਆਪਣੇ ਵੱਲ। ਇੱਕ ਚਰੀ ਦੇ ਪੈਲੇ ਕੋਲੋਂ ਲੱਗਦੇ ਅੰਚ ਸਵੰਤ ਨੇ ਫੇਰ ਗੱਲ ਬਦਲਣ ਦੀ ਕੋਸ਼ਿਸ਼ ਕੀਤੀ। ਹਾਂ ਬੰਦੇ 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 ਜਿੱਡੇ ਖੜੇ ਨੇ ਤੇ ਉਸ ਦਾ ਦਿਲ ਇਸ ਗੱਲ ਵੱਲ ਨਹੀਂ ਸੀ ਕਿ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਮਤਲਬ ਮਾਨ ਸਿੰਘ ਨੂੰ ਉਹਦੀ ਇਹ ਗੱਲ ਚੰਗੀ ਨਾ ਲੱਗੀ। ਪਿੰਡ ਮੁੜ ਕੇ ਮਾਨ ਸਿੰਘ ਪਿਛਾਂ ਮੜਕੇ ਪਿੰਡ ਜਾਣ ਦੀਆਂ ਸਲਾਹਾਂ ਵਿੱਚ ਸੀ ਅਮਲਸਰੋਂ ਰਾਤ ਦੀ ਗੱਡੀ ਫੜ ਕੇ ਉਹ ਸਵੇਰ ਵੇਲੇ ਪਿੰਡ ਉੱਪਰ ਸਕਦਾ ਸੀ ਪਰ ਮੈਂ ਆਪੋ ਆਪਣੀ ਥਾਂ ਸਾਰਿਆਂ ਨੇ ਉਹ ਚੀਜ਼ ਕੀਤਾ ਸੀ ਪਰ ਉਸ ਨੂੰ ਇਸ ਸਾਰੇ ਫੇਰੇ ਦਾ ਕੋਈ ਸਵਾਦ ਨਹੀਂ ਅਸਿਆ ਆ ਇਸ ਵਾਰੇ ਉਸ ਲਈ ਇਸ ਵੇਲੇ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਤੇ ਡਿਊੜੀ ਵਿੱਚ ਇਕੱਲਾ ਹੀ ਸੀ ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲੰਗਾਈ ਤਾਂ ਕਿ ਆ ਤੁਰਿਆ ਹੁੰਦਾ ਸੀ ਪਹਿਲਾਂ ਤਾਂ ਇਉਂ ਲੱਗਿਆ ਕਿ ਉਹ ਟੁਰਦਾ ਟੁਰਦਾ ਸਿੱਧਾ ਕੇ ਲੰਘ ਜਾਵੇਗਾ ਪਰ ਉਹ ਡਿਊਟੀ ਬਿਟਾ ਬਿਚਾ ਕੇ ਮੰਜੇ ਤੇ ਬੈਠ ਗਿਆ ਕੀ ਲਿਆਇ ਉਹ ਤਮਨ ਸਿੰਘ ਉਸਨੂੰ ਪੁੱਛਦਾ ਹੈ ਤਾਂ ਡਾ ਕੀਆ ਉਸ ਨੂੰ ਦੱਸਦਾ ਹੈ ਕਿ ਕਰਮ ਸਿੰਘ ਦੀ ਪੈਨਸ਼ਨ ਐਸ ਤਰਾ ਮਾਨ ਸਿੰਘ ਨੂੰ ਜਿਹੜਾ ਹੈ ਕਰਮ ਸਿੰਘ ਦੀ ਮੌਤ ਦਾ ਅਚਾਨਕ ਪਤਾ ਲੱਗਦਾ ਹੈ ਤਾਂ ਉਹਦਾ ਜਿਹੜਾ ਮਨ ਬੜਾ ਹੀ ਦੁਖੀ ਹੁੰਦਾ ਹੈ ਤਾਂ ਦੋ ਕੁ ਵਾਰ ਮਾਨ ਸਿੰਘ ਨੂੰ ਸਾਹ ਕਾਲਾ ਜਾਇਆ ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁਠ ਜਿਹੀ ਮਿੱਠੀ ਗਈ ਤੇ ਫਿਰ ਅੱਖਾਂ ਰਾਈਆਂ ਪਾਣੀ ਨਿਚਰਨ ਨਾਲ ਢਿੱਲੀ ਹੋਣ ਲੱਗੀਆਂ ਕਰਮ ਸਿੰਘ ਦਾ ਸਾਰਾ ਪ੍ਰਭਾਵ ਜ਼ੇਰ ਹੋਣ ਵਿੱਚ ਉਸ ਦੀ ਮਦਦ ਕਰ ਰਿਹਾ ਸੀ ਹੁਣ ਕਰਮ ਸਿੰਘ ਦੇ ਪਿਤਾ ਨੇ ਜਿਹੜਾ ਹੈ ਜਦੋਂ ਡਾਕੀ ਉਹਨੂੰ ਵੇਖਿਆ ਤਾ ਸੁਣ ਲੱਗਿਆ ਕਿ ਜਿਹੜਾ ਹੈ ਗੱਲ ਨਿਕਲ ਚੁੱਕੀ ਹੈ ਤੇ ਉਸਨੇ ਜਿਹੜਾ ਹੈ ਆਪਣੇ ਆਪ ਨੂੰ ਸਾਹਮਣੇ ਦੀ ਕੋਸ਼ਿਸ਼ ਕੀਤੀ ਤਾਂ ਤਮਨ ਸਿੰਘ ਉਸ ਨੂੰ ਕਹਿਣ ਲੱਗੇ ਵੀ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਕਰਮ ਸਿੰਘ ਦਾ ਪਿਤਾ ਉਸ ਨੂੰ ਕਹਿੰਦਾ ਹੈ ਕਿ ਇੱਕ ਫੌਜੀ ਨੂੰ ਜਿਹੜਾ ਹੈ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਕਰਮ ਸਿੰਘ ਨੂੰ ਛੁੱਟੀ ਦਾ ਬੜਾ ਚਾਹ ਹੁੰਦਾ ਸੀ ਤੈਨੂੰ ਵੀ ਬਹੁਤ ਚਾਹ ਹੋਵੇਗਾ ਤੇ ਅਸੀਂ ਨਹੀਂ ਸੱਚਾਉਂਦੇ ਕਿ ਤੂੰ ਜਿਹੜਾ ਹੈ ਆਪਣੀ ਛੁੱਟੀ ਦਾ ਸਵਾਦ ਤੇਰਾ ਖਰਾਬ ਹੋਵੇ ਅਸੀਂ ਸੋਚਿਆ ਸੀ ਕਿ ਤੂੰ ਫੇਰ ਜਿਹੜਾ ਹੈ ਫੌਜ ਵਿੱਚ ਦੁਬਾਰਾ ਜਾਣਾ ਹੈ ਤਾਂ ਉੱਥੇ ਜਾ ਕੇ ਤੈਨੂੰ ਆਪੇ ਹੀ ਪਤਾ ਲੱਗ ਜਾਵੇਗਾ ਤੇ ਮੁਰਦੇ ਮਾਨ ਸਿੰਘ ਨੂੰ ਨੇ ਮੱਝ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਪਾਲ ਸੀ ਇਹਨਾਂ ਦੁਆਲੇ ਬਚਾਲੇ ਕਿਲੇ ਕੋਟ ਸਾਰੇ ਹੋਏ ਸਨ ਥਾਂ ਥਾਂ ਮੜੀਆਂ ਤੇ ਸਮਾਦਾਂ ਸਨ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਵਿੱਚ ਇੰਨਾ ਲੋਕਾਂ ਦੀ ਤਾਕਤ ਤੇ ਵਾਵਾ ਕਰਨ ਵਾਲਿਆਂ ਨਾਲ ਲੜਨ ਮੜਨ ਦੀ ਕਹਾਣੀ ਦੱਸਦੀਆਂ ਸਨ ਜਿਸੇ ਕਰਕੇ ਬਾਬੇ ਦੀ ਸਹਿਣ ਸ਼ਕਤੀ ਇੰਨੀ ਵਧੀ ਹੋਈ ਸੀ ਕਿ ਉਹ ਦੂਜਿਆਂ ਤੇ ਹੱਲਾ ਕਰਨ ਲਈ ਦੂਜਿਆਂ ਨੂੰ ਹੌਲਾ ਕਰਨ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ ਤੇ ਮਾਨ ਸਿੰਘ ਨੇ ਸੁਣਿਆ ਹੋਇਆ ਸੀ ਤੇ ਇੱਕ ਥੌਲ ਹੈ ਜੋ ਆਪਣੇ ਸਿੰਘਾਂ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਥੌਲ ਜਿਹੜਾ ਹੈ ਉਹ ਕਰਮ ਸਿੰਘ ਦਾ ਪਿਤਾ ਹੈ ਜਿਹੜਾ ਭਾਰ ਥਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦਾ ਭਾਰ ਚੱਕਣਾ ਚਾਹੁੰਦਾ ਹੈ। ਇਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਜਿਹੜਾ ਹੈ ਇਹ ਕਰਮ ਸਿੰਘ ਦਾ ਪਤਾ ਪਿਤਾ ਜਿਹੜਾ ਹੈ ਉਹ ਕਹਿੰਦਾ ਹੈ ਮਾਨ ਸਿੰਘ ਨੂੰ ਵੀ ਅਸੀਂ ਤੇਰੀ ਜਿਹੜੀ ਛੁੱਟੀ ਦਾ ਸੁਆਦ ਜਿਹੜਾ ਹੈ ਖਰਾਬ ਹੋਣ ਤੋਂ ਬਚਾ ਨਹੀਂ ਸਕੇ। ਤਾਂ ਇਹ ਸੀ ਕਹਾਣੀ ਤਾਂ ਹੁਣ ਅਸੀਂ ਇਸ ਦੇ ਪ੍ਰਸ਼ਨਾਂ ਦੇ ਉੱਤਰ ਬਾਚਣੇ ਹੈਗੇ ਨੇ। ਪਹਿਲਾ ਪ੍ਰਸ਼ਨ ਹੈ ਕਹਾਣੀ ਦਾ ਸਾਰ ਜਿਹੜਾ ਕਿ ਤੁਸੀਂ ਹੁਣੇ ਕਹਾਣੀ ਸੁਣੀ ਹੈ ਉਹਦੇ ਅਕੋਰਡਿੰਗਲੀ ਲਿਖ ਸਕਦੇ ਹੈਗੇ। ਅਤੇ ਦੂਸਰਾ ਪ੍ਰਸ਼ਨ ਹੈ ਕਰਮ ਸਿੰਘ ਦਾ ਸੁਭਾਅ ਕਿਹਾ ਜੀ ਕਿਹੋ ਜਿਹਾ ਸੀ ਹੁਣ ਕਰਮ ਸਿੰਘ ਦੇ ਸੁਭਾਅ ਬਾਰੇ ਜਿਹੜਾ ਹੈ ਮਾਨ ਸਿੰਘ ਬਹੁਤ ਗੱਲਾਂ ਕਰਦਾ ਹੈ ਭਾਵੇਂ ਉਸ ਦੀ ਜਵਾਨ ਵਿੱਚ ਬੜਾ ਰਸ ਹੈ ਉਹ ਜਦੋਂ ਵੀ ਛੁੱਟੀ ਆਉਂਦਾ ਸੀ ਵੀ ਕਹਿੰਦਾ ਬਾਕੀ ਵੀ ਫੌਜੀ ਆਉਂਦੇ ਸੀ ਤਾਂ ਪਰ ਉਹ ਕਿਸੇ ਦੇ ਨਾਲ ਸਿਰਫ ਸਤਿ ਸ਼੍ਰੀ ਅਕਾਲ ਤੱਕ ਹੀ ਸੀ ਮਿਲ ਸੰਨ ਜਦ ਕਿ ਕਰਮ ਸਿੰਘ ਹਰੇਕ ਕੋਲ ਖੜ ਕੇ ਉਹਦੀ ਗੱਲਬਾਤ ਕਰਦਾ ਤੇ ਖੂ ਤੇ ਵੀ ਰੌਣਕਾਂ ਹੋ ਜਾਂਦੀਆਂ ਅਤੇ ਲੋਕ ਜਿਹੜਾ ਹੈਗਰਾਤ ਨੂੰ ਸੱਥ ਵਿੱਚ ਬੈਠੇ ਉਹਦੀਆਂ ਗੱਲਾਂ ਸੁਣਦੇ ਰਹਿੰਦੇ ਇਸ ਤੋਂ ਇਲਾਵਾ ਉਹ ਪੱਕਾ ਨਿਸ਼ਾਨਚੀ ਸੀਗਾ ਬੜਾ ਤੇਜ਼ ਨਿਸ਼ਾਨੇਬਾਜ਼ ਸੀ ਜਿੱਥੇ ਮਸ਼ੀਨ ਗੰਨਾ ਵੀ ਕੰਮ ਨਹੀਂ ਸੀ ਕਰਦੀਆਂ ਉੱਥੇ ਉਹਦੀ ਗੋਲੀ ਕੰਮ ਕਰ ਜਾਂਦੀ ਸੀ ਇਸ ਤੋਂ ਇਲਾਵਾ ਉਹ ਜਮਨਾਸਟਿਕ ਦੇ ਡੰਡਿਆਂ ਉੱਤੇ ਜਦੋਂ ਟ੍ਰਿਕ ਖੇਡਦਾ ਸੀ ਤਾਂ ਲੋਕ ਹਰਾਮ ਹੋ ਜਾਂਦੇ ਸੀ ਉਹਦੀ ਦਚਕ ਵੇਖ ਕੇ ਤਾਂ ਇਸ ਤਰ੍ਹਾਂ ਜਿਹੜਾ ਕਰਮ ਸਿੰਘ ਬਹੁਤ ਹੀ ਵਧੀਆ ਇਨਸਾਨ ਸੀ ਬਹੁਤ ਵਧੀਆ ਦੋਸਤ ਵੀ ਸੀਗਾ ਅਤੇ ਉਹ ਮਾਤਾ ਪਿਤਾ ਦਾ ਜਿਹੜਾ ਹੈ ਬਹੁਤ ਹੀ ਪਿਆਰਾ ਉੱਤਰ ਸੀ ਤੇ ਉਸਨੇ ਛੁੱਟੀ ਵੀ ਬਹੁਤ ਪਿਆਰੀ ਸੀ ਤੇ ਅਗਲੀ ਗੱਲ ਜਿਹੜੀ ਇਹਦੇ ਵਿੱਚ ਕਹਾਣੀ ਕਰਨ ਦੱਸੀ ਹੈਗੀ ਉਹ ਕੀ ਉਸ ਨੂੰ ਸਵੇਰੇ ਜਲਦੀ ਉੱਠਣ ਦਾ ਥੋੜਾ ਜਿਹਾ ਆਲਸ ਵੀ ਹੈ ਜਿਵੇਂ ਮਾਨਸਿਕ ਦੱਸਦਾ ਹੈ ਵੀ ਉਹ ਸਭ ਤੋਂ ਪਿੱਛੇ ਉੱਠਦਾ ਹੈ। ਅਗਲਾ ਪ੍ਰਸ਼ਨ ਹੈ ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖਰਾਬ ਹੋਣ ਤੋਂ ਬਚਾਉਣ ਲਈ ਉਸਦੇ ਨਾਲ ਕੀ ਵਰਤੋਕ ਕੀਤਾ? ਹੁਣ ਆਪਾਂ ਕਹਾਣੀ ਵਿੱਚ ਪੜਿਆ ਹੈਗਾ ਕਿ ਪਾਵੇਂ ਕਿ ਜਿਹੜਾ ਕਾਰਮ ਸਿੰਘ ਦੀ ਮੌਤ ਹੋ ਚੁੱਕੀ ਹੁੰਦੀ ਆ ਤੇ ਮਾਨ ਸਿੰਘ ਛੁੱਟੀ ਆਇਆ ਹੁੰਦਾ ਤੇ ਉਹ ਚਾਹੁੰਦੇ ਨੇ ਕਿ ਉਸ ਨੂੰ ਪਤਾ ਨਾ ਲੱਗੇ ਵਿਕਰਮ ਸਿੰਘ ਦੀ ਮੌਤ ਹੋ ਗਈ ਹੈ ਉਹਦੇ ਨਾਲ ਉਪਰਿਆਂ ਵਰਗਾ ਵਰਤੋ ਕਰਦੇ ਨੇ ਅਤੇ ਉਹਦੇ ਨਾਲ ਜਿਹੜਾ ਹੈ ਉਹਦਾ ਖਾਣਾ ਪੀਣ ਬਹੁਤ ਵਧੀਆ ਕਰਦੇ ਨੇ ਉਹ ਨਹੀਂ ਪਰ ਗੱਲਬਾਤ ਘੱਟ ਕਰਦੇ ਨੇ ਤਾਂ ਕਿ ਕਿਸੇ ਗੱਲਬਾਤ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚੋਂ ਮੂੰਹ ਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਗੱਲ ਨਾ ਨਿਕਲੇ ਤੇ ਇਥੋਂ ਜਿਹੜਾ ਹੈ ਇਸ ਤੋਂ ਇਲਾਵਾ ਉਹ ਜਦੋਂ ਜਸਵੰਤ ਸਿੰਘ ਤਰਨ ਤਰਨ ਜਾਂਦਾ ਹੈ ਉਹਦੇ ਨਾਲ ਤਾਂ ਉਹ ਲੋਕਾਂ ਦੇ ਨਾਲ ਨੂੰ ਦੂਰੋਂ ਹੀ ਨਮਸਕਾਰ ਕਰਦਾ ਦੂਰੋਂ ਹੀ ਜਿਹੜਾ ਸਤਿ ਸ਼੍ਰੀਕਾਲਮ ਲਾ ਕੇ ਲੰਘ ਜਾਂਦਾ ਹੈ ਤੇ ਉਹ ਚਾਹੁੰਦਾ ਹੈ ਵੀ ਕੋਈ ਉਹਦੇ ਕੋਲ ਖੜੇ ਨਾ ਤਾਂ ਕਿ ਜਿਹੜਾ ਹੈ ਕਾਰਮ ਸਿੰਘ ਬਾਰੇ ਕੋਈ ਗੱਲ ਉਹਨਾਂ ਦੇ ਮੂੰਹੋਂ ਨਾ ਨਿਕਲ ਜਾਵੇ ਭਾ ਉਹਨਾਂ ਉੱਪਰਿਆ ਮਾਰਗਾਂ ਬਰਤੋਅ ਕੀਤਾ ਤਾਂ ਕਿ ਜਿਹੜਾ ਹੈ ਕਰਮ ਸਿੰਘ ਦੀ ਮੌਤ ਦੀ ਗੱਲ ਮਾਨ ਸਿੰਘ ਤੋਂ ਬਚਾ ਕੇ ਰੱਖੀ ਜਾ ਸਕੇ ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਿਹੜੀ ਗੱਲ ਛੁਪਾਈ ਕਰਮ ਸਿੰਘ ਦੇ ਬਾਪੂ ਨੇ ਜਿਹੜਾ ਹੈ ਮਾਨ ਸਿੰਘ ਤੋਂ ਉਸ ਦੇ ਜਿਹੜੇ ਹੈ ਕਰਮ ਸਿੰਘ ਦੀ ਮੌਤ ਦੀ ਗੱਲ ਛੁਪਾਈ ਜਿਹੜਾ ਹੈ ਤਾਂ ਕਿ ਜਿਹੜਾ ਹੈ ਉਸ ਦਿਨ ਜਿਹੜੀ ਛੁੱਟੀ ਦਾ ਸਵਾਦ ਖਰਾਬ ਨਾ ਹੋਵੇ ਅਗਲਾ ਪੈਸ਼ਨ ਹੈ ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਨੇ ਗੱਲਾਂ ਕਿਉਂ ਕਰਨੀਆਂ ਚਾਹੁੰਦਾ ਸੀ ਹੁਣ ਇਸ ਜਿਹੜਾ ਪ੍ਰਸ਼ਨ ਹੈ ਵੀ ਗੱਲਾਂ ਕਿਉਂ ਕਰਨੀ ਚਾਹੁੰਦਾ ਸੀ ਕਿਉਂਕਿ ਇਹ ਕਾਰਮ ਸਿੰਘ ਨੇ ਜਿਹੜਾ ਹੈ ਮਾਨ ਸਿੰਘ ਨੂੰ ਇਸੇ ਲਈ ਭੇਜਿਆ ਸੀ ਉਹਦੇ ਆਪਣੇ ਪਿੰਡ ਕਿਹਾ ਸੀਗਾ ਭੇਜਿਆ ਸੀ ਤੂੰ ਮੇਰੇ ਪਿੰਡ ਜਾ ਕੇ ਆਈਂ ਜਦੋਂ ਮੇਰੇ ਘਰ ਦੇ ਤੈਨੂੰ ਮਿਲ ਲੈਣਗੇ ਤਾਂ ਉਹਨਾਂ ਦਾ ਅੱਧਾ ਮੇਲ ਹੋ ਜੂਗਾ ਉਹਨਾਂ ਨੂੰ ਲੱਗੂਗਾ ਵੀ ਸਾਡਾ ਪੁੱਤਰ ਸਾਨੂੰ ਮਿਲ ਗਿਆ ਤੇ ਦੂਜੇ ਨੰਬਰ ਤੇ ਜਦੋਂ ਤੂੰ ਕਹਿੰਦਾ ਵੀ ਜਦੋਂ ਤੂੰ ਮੇਰੇ ਪਿਤਾ ਮਾਤਾ ਪਿਤਾ ਨੂੰ ਮਿਲ ਕੇ ਮੇਰੇ ਕੋਲੇ ਆਈਂਗਾ ਤਾਂ ਮੈਨੂੰ ਲੱਗੂਗਾ ਮੈਂ ਤੂੰ ਉਹਨਾਂ ਦੀਆਂ ਗੱਲਾਂ ਕਰੇਗਾ ਤਾਂ ਫਿਰ ਤੇਰੇ ਰਾਹੀਂ ਮੈਂ ਆਪਣੇ ਮਾਤਾ ਪਿਤਾ ਨੂੰ ਮਿਲ ਲਵਾਂਗਾ ਤੇ ਇਸ ਤਰ੍ਹਾਂ ਉਹ ਚਾਹੁੰਦਾ ਸੀ ਵੀ ਕਰਮ ਸਿੰਘ ਦੀਆਂ ਵੱਧ ਤੋਂ ਵੱਧ ਗੱਲਾਂ ਕੀਤੀਆਂ ਜਾਣ ਤੇ ਇਸ ਤੋਂ ਇਲਾਵਾ ਉਹ ਕਰਮ ਸਿੰਘ ਦੀਆਂ ਸਿਫਤਾਂ ਕਰਨਾ ਚਾਹੁੰਦਾ ਸੀ ਕਿਉਂਕਿ ਫੌਜ ਦੇ ਵਿੱਚ ਉਹ ਬਹੁਤ ਵਧੀਆ ਬਰਮਾ ਦੇ ਬਾਰਡਰ ਤੇ ਬਹੁਤ ਵਧੀਆ ਤਰੀਕੇ ਨਾਲ ਲੜਾਈ ਦੇ ਵਿੱਚ ਭਾਗ ਲੈ ਰਿਹਾ ਸੀ ਤੇ ਉਹਦਾ ਨਿਸ਼ਾਨਾ ਬੜਾ ਤੇਜ ਸੀ ਇਸ ਤੋਂ ਇਲਾਵਾ ਉਹਦਾ ਗੂੜਾ ਦੋਸਤ ਸੀਗਾ ਬਹੁਤ ਪਿਆਰ ਸੀ ਉਹਨਾਂ ਦਾ ਤੇ ਇਸ ਲਈ ਉਹ ਉਹਦੀਆਂ ਵੱਧ ਤੋਂ ਵੱਧ ਗੱਲਾਂ ਕਰਨੀਆਂ ਚਾਹੁੰਦਾ ਸੀ ਅਗਲਾ ਪੇਸ਼ਨ ਹੈ ਆ ਲੈ ਫੜ ਲੈ ਮੁੰਡੇ ਨੂੰ ਉਧਰ ਰੱਖ ਰੋਟੀ ਤਾਂ ਖਾਂ ਲੈਣ ਦਿਆ ਕਰੋ ਆਰਾਮ ਨਾਲ ਤਾ ਕਰਮ ਸਿੰਘ ਦੇ ਬਾਪੂ ਨੇ ਇਹ ਸ਼ਬਦ ਕਿਉਂ ਕਹੇ ਹੁਣ ਕਿਉਂਕਿ ਜਿਹੜਾ ਹੈ ਮਾਨ ਸਿੰਘ ਜਿਹੜਾ ਕਿ ਕਰਮ ਸਿੰਘ ਦੇ ਘਰ ਮਹਿਮਾਨ ਆਇਆ ਹੁੰਦਾ ਹੈ ਉਹਦੇ ਤਾਂ ਉਹਦੀ ਬਥੇਰੀ ਖਾਤਰਦਾਰੀ ਹੁੰਦੀ ਹੈ ਪਰ ਉਹਦਾ ਕੋਈ ਗੱਲ ਨਹੀਂ ਕਰ ਰਿਹਾ ਹੁੰਦਾ ਉਸ ਦੀ ਕਿਸੇ ਗੱਲ ਦਾ ਕੋਈ ਜਿਹੜਾ ਹਾਂ ਪੱਖੀ ਹੰਗਾਰਾ ਨਹੀਂ ਪਰਦਾ ਜਿਵੇਂ ਲੜਾਈ ਦੇ ਵਿੱਚ ਉਹਦੀ ਗੱਲਾਂ ਕਰਦਾ ਹੈ ਬਹੁਤ ਵਧੀਆ ਲੜਾਕਾ ਹੈ ਬਹੁਤ ਵਧੀਆ ਨਿਸ਼ਾਨੇਵਾਜ਼ ਹੈ ਉਹਦੀ ਗੱਲ ਸੁਣ ਲੈ ਹੋਰ ਗੱਲਾਂ ਨਹੀਂ ਸੁਣਨੇ ਚਾਹੁੰਦਾ ਕਹਿਣ ਦੱਸਦੇ ਨਹੀਂ ਵੀ ਉਸ਼ੀ ਨਹੀਂ ਪ੍ਰਗਟ ਕਰਦੇ ਇਸ ਗੱਲ ਦੇ ਵਿੱਚ ਤਾਂ ਉਹਨੂੰ ਬੜਾ ਅਜੀਬ ਲੱਗਦਾ ਹੈ ਤਾਂ ਸੋਚਦਾ ਵੀ ਚੱਲ ਹੋਰ ਕਿਸੇ ਨਾਲ ਨਹੀਂ ਤਾਂ ਉਹਦੇ ਕਰਮ ਸਿੰਘ ਦੇ ਬੱਚੇ ਨਾਲ ਹੀ ਗੱਲ ਕਰਨ ਲੈਂਦਾ ਉਹਨੂੰ ਉੱਚੜ ਚੱਕ ਲੈਂਦਾ ਤਾਂ ਇਹ ਵੇਖ ਕੇ ਜਿਹੜਾ ਹੈ ਉਹਦੇ ਘਰ ਦੇ ਉਹਨੂੰ ਕਰਮ ਸਿੰਘ ਦੇ ਪਿਤਾ ਨੂੰ ਫਿਕਰ ਪੈ ਜਾਂਦਾ ਵੀ ਕਿਤੇ ਬੱਚੇ ਦੇ ਮੂੰਹੋਂ ਜਿਹੜਾ ਹੈ ਕਰਮ ਸਿੰਘ ਬਾਰੇ ਕੋਈ ਗੱਲ ਨਾ ਨਿਕਲ ਜਾਵੇ ਤੇ ਇਸ ਲਈ ਉਹ ਜਿਹੜਾ ਹੈ ਕਰਮ ਸਿੰਘ ਦੀ ਬੇਬੇ ਨੂੰ ਜਿਹੜਾ ਹੈ ਥੋੜਾ ਜਿਹਾ ਗੁੱਸੇ ਵਿੱਚ ਕਹਿੰਦਾ ਹੈ ਕਿ ਇਹ ਬੱਚੇ ਨੂੰ ਉੱਧਰ ਲੈ ਜਾ ਤੇ ਰੋਟੀ ਤਾਂ ਖਾ ਲੈਣ ਦਿਆ ਕਰੋ ਅਗਲਾ ਪ੍ਰਸ਼ਨ ਹੈ ਡਾਕੀ ਨੂੰ ਵੇਖ ਕੇ ਕਰਮ ਸਿੰਘ ਦੇ ਬਾਪੂ ਨੇ ਕੀ ਸੋਚਿਆ ਜਦੋਂ ਡਾਕੀ ਇਹਨੂੰ ਜਿਹੜਾ ਹੈ ਕਰਮ ਸਿੰਘ ਦੇ ਘਰੇ ਆਉਂਦਾ ਹੈ ਤੇ ਉਹ ਮਾਨ ਸਿੰਘ ਦੇ ਨਾਲ ਗੱਲ ਹੁੰਦੀ ਹੈ ਤੇ ਉਹ ਸਾਰੀ ਗੱਲ ਖੁੱਲ ਜਾਂਦੀ ਹੈ ਵੀ ਜਿਸ ਤਰ੍ਹਾਂ ਕਰਮ ਸਿੰਘ ਦੀ ਪੈਨਸ਼ਨ ਆਈ ਹੁੰਦੀ ਹੈ ਤਾਂ ਡਾਕੀ ਇਹ ਦੱਸਦਾ ਹੈਗਾ ਤਾਂ ਉਸ ਨੂੰ ਜਿਹੜਾ ਹੈ ਮਾਨ ਸਿੰਘ ਕੋਲ ਬੈਠਾ ਵੇਖ ਕੇ ਜਿਹੜਾ ਹੈ ਕਰਮ ਸਿੰਘ ਦੇ ਪਿਤਾ ਨੂੰ ਉਹ ਪਤਾ ਲੱਗ ਜਾਂਦਾ ਹੈ ਵੀ ਹੁਣ ਗੱਲ ਛੁੱਪੀ ਨਹੀਂ ਰਹੀ ਕਿ ਉਹ ਮਾਨ ਸਿੰਘ ਨੂੰ ਕਰਨ ਸਿੰਘ ਦੀ ਜਿਹੜੀ ਮੌਤ ਦਾ ਸ਼ਹੀਦੀ ਦਾ ਪਤਾ ਲੱਗ ਗਿਆ ਹੈ ਤਾਂ ਉਸ ਨੂੰ ਲੱਗਿਆ ਕਿ ਉਹਨਾਂ ਨੂੰ ਜਿਹੜਾ ਹੈ ਮਾਨ ਸਿੰਘ ਦੀ ਜਿਹੜੀ ਛੁੱਟੀ ਦਾ ਸਵਾਰ ਜਿਹੜਾ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਉਹ ਹੋ ਚੁੱਕਿਆ ਹੈ ਤਾਂ ਤਾਂ ਮਾਨ ਸਿੰਘ ਨੇ ਕਰਨ ਸਿੰਘ ਦੇ ਬਾਪੂ ਨੂੰ ਧਰਤੀ ਹੇਠ ਲਬਲਦ ਕਿਉਂ ਕਿਹਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਮ ਇਤਿਹਾਸ ਦੇ ਵਿੱਚ ਕਿਹਾ ਹੈਗਾ ਮੰਨਿਆ ਜਾਂਦਾ ਹੈ ਵੀ ਜਿਹੜੀ ਧਰਤੀ ਹੈ ਉਹ ਧੌਲ ਉਹ ਔਲੇ ਬੜਦੇ ਸਿੰਘਾਂ ਤੇ ਖੜੀ ਹੈਗੀ ਤੇ ਬੜਦੋ ਦਾ ਸਾਰਾ ਭਾਰ ਚੱਕਦਾ ਹੈ ਤੇ ਇੱਥੇ ਘਾਣੇ ਦੇ ਵਿੱਚ ਅਸੀਂ ਦੇਖਦੇ ਹੈਗੇ ਕਿ ਕਰਨ ਸਿੰਘ ਦਾ ਪਿਤਾ ਆਪਣੇ ਪਿਤਾ ਆਪਣੇ ਪੁੱਤਰ ਕਰਮ ਸਿੰਘ ਦੀ ਜਿਹੜੀ ਮੌਤ ਨੂੰ ਛਿਪਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਮਾਨ ਸਿੰਘ ਜੋ ਕਿ ਫੌਜ ਵਿੱਚ ਬਹੁਤ ਵਿੱਚ ਛੁੱਟੀ ਆਇਆ ਹੈ ਉਹ ਖੁਸ਼ੀ ਦੇ ਨਾਲ ਛੁੱਟੀ ਮਨਾ ਰਿਹਾ ਹੈ ਵੀ ਉਹਦੇ ਜਿਹੜਾ ਸਵਾਦ ਨਾ ਖਰਾਬ ਹੋਵੇ ਤੇ ਉਹ ਉਸ ਦੀ ਜਿਹੜੀ ਮੌਤ ਦੀ ਦੁੱਖ ਹੈ ਉਸ ਨੂੰ ਆਪਣੇ ਸਰਤੇਸ ਜੀ ਇਹ ਲਿਖਿਆ ਹੈ ਦਿਲ ਦੇ ਵਿੱਚ ਰੱਖ ਰਿਹਾ ਹੈ ਪਰ ਉਹਦੀ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਤੇ ਉਸ ਨੂੰ ਛਿਪਾਉਣਾ ਪੈ ਰਿਹਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਪਿਤਾ ਲਈ ਪੁੱਤਰ ਦੀ ਮੌਤ ਨੂੰ ਛਿਪਾਉਣਾ ਹਨਾ ਤਾਂ ਇਸ ਤਰ੍ਹਾਂ ਜਿਹੜਾ ਹੈ ਇਸ ਕਰਕੇ ਜਿਹੜਾ ਹੈ ਮਾਨ ਸਿੰਘ ਨੂੰ ਲੱਗਦਾ ਹੈ ਕਿ ਕਾਰਮ ਸਿੰਘ ਦਾ ਪਿਤਾ ਇੱਕ ਧਰਤੀ ਹੇਠਲਾ ਬਲਦ ਹੈ ਤਾਂ ਇਹ ਤਾਂ ਸੀ ਕਹਾਣੀ ਤੇ ਫਿਰ ਮਿਲਾਂਗੇ ਕਿਸੇ ਹੋਰ ਬਧੀਆ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ